ਹੈ ਨਾ ਦੋਰੀਆਂ ਨੇ ਮਜਬੂਰੀਆਂ ਨੇ ਖੋਇਆ ਦਿਲਬਰ ਮੇਰਾ, ਕਿਤੋਂ ਆਵੀ ਜਾਵੇ ਫਿਰ ਪਾਵੀ ਜਾਵੇ ਨਹੀਂ ਉਹ ਲੱਗਣਾ ਦਿਲ ਮੇਰਾ, ਹਾਂ ਤੇਰੇ ਬਿਨਾਂ ਜੀਣ ਦੀ ਗੱਲ ਬੜੀ ਔਖੀ ਲੱਗਦੀ। ਇਹ ਗਾਣਾ ਕਿੱਦਾਂ ਤੁਸੀਂ ਕਵਰ ਸੌਂਗ ਕਿੱਦਾਂ ਕਰਨ ਦਾ ਸੋਚਿਆ, ਕਿਉਂਕਿ ਪ੍ਰਭ ਗਿੱਲ ਨੇ ਵੀ ਇਹਨੂੰ ਬਹੁਤ ਲੈਵਲ 'ਤੇ ਜਾ ਕੇ ਪ੍ਰਮੋਟ ਕੀਤਾ ਸੀਗਾ? ਮੈਨੂੰ ਨੌਲੇਜ ਨਹੀਂ ਹੈਗੀ ਕੋਡਸ ਦੀ, ਮੈਨੂੰ ਲੱਗਿਆ ਕਿ ਮੇਰੇ ਕੋਲ ਵਧੀਆ ਨਹੀਂ ਗਾ ਹੋਇਆ ਅਤੇ ਮੈਂ ਹੋਰ ਵਧੀਆ ਕਰ ਸਕਦੀ ਸੀਗੀ। ਕਈ ਵਾਰੀ ਇੱਦਾਂ ਹੁੰਦਾ ਕਿ ਸਾਡੇ ਜਿਹੜੇ ਪੇਰੈਂਟਸ ਦੇ ਕੁਝ ਜਿਹੜੇ ਡ੍ਰੀਮਸ ਹੁੰਦੇ ਨੇ, ਜਦੋਂ ਉਹਨਾਂ ਉਹ ਨਹੀਂ ਪੂਰੇ ਕਰ ਪਾਉਂਦੇ ਫਿਰ ਉਹ ਆਪਣੇ ਬੱਚਿਆਂ ਦੇ ਵਿੱਚ ਦੇਖਣਾ ਸ਼ੁਰੂ ਕਰ ਦਿੰਦੇ ਨੇ। ਕਈ ਨਾ ਕਈ ਵਿਮੈਨ ਦੇ ਕੰਪਰੋਮਾਈਜ਼ ਅਲੋਟ। ਮੈਂ ਆਪਣਾ ਮਿਊਜ਼ਿਕ ਸਾਥ ਲੈ ਕਰ ਹੀ ਚੱਲ, ਮੇਰਾ ਕੋਈ ਪਲਾਨ ਨਹੀਂ ਥਾ ਐਜ਼ ਇਟ ਇਜ਼ ਯੂ ਨੋ ਟੂ ਬੀ ਅ ਸਿੰਗਰ। ਪਰ ਉਸ ਤੋਂ ਬਾਅਦ ਕੋਈ ਗਾਣਾ ਤੁਹਾਡੀ ਫਿਲਮ ਦੇ ਵਿੱਚ ਕਿਉਂ ਨਹੀਂ ਆਇਆ? ਸੋ ਆਈ ਕੈਨ ਨੋਟ ਟੈਲ ਯੂ ਮੱਚ ਅਬਾਊਟ ਦੈਮ। ਇੱਕ ਖੂਬਸੂਰਤ ਗੱਲ ਤੁਹਾਡੀ ਜਰਨੀ ਦੇ ਨਾਲ ਇਹ ਵੀ ਜੁੜੀ ਹੋਈ ਹੈ, ਦੀਪੂ ਕਾਕੋਵਾਲ। ਮੇਰੀ ਤਮੰਨਾ ਸੀਗੀ, ਤੁਸੀਂ ਕਹਿ ਸਕਦੇ ਹੋ ਕਿ ਮੈਂ ਉਹ ਸੌਂਗ ਜ਼ਰੂਰ ਰਿਲੀਜ਼ ਕਰਾਂ, ਸਾਡੇ ਗਾਣੇ ਨਹੀਂ ਨਿਕਲਦੇ ਜਾਂ ਮੈਂ ਕੁਛ ਕਰ ਨਹੀਂ ਪਾ ਰਹੀ। ਫਿਰ ਗਾਣਿਆਂ ਦੇ ਵਿੱਚ ਇੰਨੀ ਸਾਫ਼ ਸੁਥਰੀ ਪੰਜਾਬੀ, ਇਹ ਕਿੱਦਾਂ? ਆਈ ਐਮ ਸਟਿਲ ਇੰਪਰੂਵਿੰਗ, ਮੈਂ ਇਹ ਨਹੀਂ ਕਹਿੰਦੀ ਮੈਂ ਪਰਫੈਕਟ ਹਾਂ ਹਾਲੇ ਵੀ, ਬਟ ਕੋਸ਼ਿਸ਼। ਨਿਊਜ਼ ਨੰਬਰ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਮੈਂ ਗੁਰਦੀਪ ਗਰੇਵਾਲ ਸਵਾਗਤ ਕਰਦੀ ਹਾਂ ਆਪ ਸਭ ਨੂੰ ਪਿਆਰ ਭਰੀ। ਸਤਿ ਸ਼੍ਰੀ ਅਕਾਲ ਦੋਸਤੋ। ਕਹਿੰਦੇ ਹੁੰਦੇ ਨੇ ਕਿ ਜਦੋਂ ਆਪਾਂ ਕਿਸੇ ਵੀ ਮੁਕਾਮ 'ਤੇ ਪਹੁੰਚਣਾ ਹੁੰਦਾ ਤਾਂ ਸਾਨੂੰ ਅਗਰ ਘਰੋਂ ਸਪੋਰਟ ਹੋਵੇ ਤਾਂ ਫਿਰ ਸਾਡਾ ਜਿਹੜਾ ਸਟਰਗਲ ਆ ਉਹ ਜਿਹੜਾ ਅੱਧਾ ਰਹਿ ਜਾਂਦਾ ਅਤੇ ਸਾਡੀ ਜਿਹੜੀ ਹਿੰਮਤ ਆ ਉਹ ਦੁੱਗਣੀ ਹੋ ਜਾਂਦੀ ਹੈ। ਸੋ ਸਾਡੇ ਨਾਲ ਇੱਕ ਇੱਦਾਂ ਦੀ ਗਾਇਕਾ ਅੱਜ ਗੱਲਬਾਤ ਕਰਨਗੇ ਜਿਨ੍ਹਾਂ ਨੂੰ ਉਹਨਾਂ ਦੇ ਪ੍ਰੋਫੈਸ਼ਨ ਦੇ ਵਿੱਚ ਲਿਆਉਣ ਦੇ ਲਈ ਜਾਂ ਫਿਰ ਇਸ ਪ੍ਰੋਫੈਸ਼ਨ ਦੇ ਵਿੱਚ ਜਾਣ ਦੇ ਲਈ ਘਰੋਂ ਬੜੀ ਸਪੋਰਟ ਰਹੀ ਹੈ। ਖਾਸ ਕਰਕੇ ਉਹ ਆਪਣੇ ਫਾਦਰ ਸਾਹਿਬ ਦਾ ਜ਼ਰੂਰ ਜ਼ਿਕਰ ਕਰਦੇ ਹੁੰਦੇ ਨੇਗੇ, ਭਾਵੇਂ ਅਸੀਂ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਦੇਖ ਲਈਏ ਜਾਂ ਫਿਰ ਉਹਨਾਂ ਦਾ ਕੋਈ ਵੀ ਆਰਟੀਕਲ ਪੜ੍ਹ ਲਈਏ। ਸੋ ਮੈਂ ਗੱਲ ਕਰ ਰਹੀ ਹਾਂ ਰਾਸ਼ੀ ਸੂਦ ਹੁਰਾਂ ਦੀ, ਜਿਨ੍ਹਾਂ ਨੇ ਕਾਫੀ ਸਾਰੇ ਕਵਰ ਸੌਂਗ ਵੀ ਕੀਤੇ ਹੋਏ ਨੇ ਅਤੇ ਇਹੀ ਕਵਰ ਸੌਂਗ ਉਹਨਾਂ ਦੀ ਪਹਿਚਾਣ ਬਣੇ ਸੀ। ਉਸ ਤੋਂ ਬਾਅਦ ਪਲੇਬੈਕ ਸਿੰਗਿੰਗ ਦੇ ਵਿੱਚ ਵੀ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਸੀ ਬੰਬੂ ਘੱਟ ਫਿਲਮ ਦੇ ਨਾਲ ਰੱਖੀ ਸੋਹਣੇ ਆਵੇ ਤਾਰ ਤੁੰਬੇ ਦੀ ਬਣਾ ਕੇ ਗੀਤ ਨੂੰ ਗਾ ਕੇ। ਮੈਮ ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ? ਵਧੀਆ ਵਧੀਆ, ਤੁਸੀਂ ਸੁਣਾਓ? ਬਹੁਤ ਵਧੀਆ। ਇੱਕ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਮੈਂ ਆਪਣੇ ਸ਼ਹਿਰ ਲੁਧਿਆਣੇ ਵਾਪਸ ਆਏ। ਸੋ ਆਪਾਂ ਜਿਹੜੀ ਗੱਲ ਆ ਤੁਹਾਡੀ ਸ਼ੁਰੂਆਤ ਤੋਂ ਹੀ ਕਰਾਂਗੇ, ਹੈ ਨਾ? ਅਤੇ ਕਿਵੇਂ ਤੁਸੀਂ ਇਸ ਫੀਲਡ ਦੇ ਵਿੱਚ ਆਏ ਪਹਿਲਾਂ ਤਾਂ ਮੈਨੂੰ ਇਹ ਦੱਸੋ। ਮੈਂ ਸਿੰਗਿੰਗ ਸਟਾਰਟ ਕੀਤੀ ਸੀ ਜਦੋਂ ਮੈਂ 6 ਸਾਲ ਦੀ ਸੀਗੀ ਐਂਡ ਅਸੀਂ ਪਹਿਲਾਂ ਦਿੱਲੀ ਰਹਿੰਦੇ ਹੁੰਦੇ ਸੀ। ਸੋ ਦੈਟ ਇਜ਼ ਵਾਈ ਮੇਰੀ ਫਸਟ ਲੈਂਗੁਏਜ ਹਿੰਦੀ ਹੈ, ਮੈਂ ਹਿੰਦੀ ਜ਼ਿਆਦਾ ਬੋਲੂੰਗੀ। ਸੋ ਮੇਰਾ ਕੋਈ ਪਲਾਨ ਨਹੀਂ ਥਾ ਐਜ਼ ਇਟ ਇਜ਼ ਯੂ ਨੋ ਟੂ ਬੀ ਅ ਸਿੰਗਰ, ਬਟ ਬਚਪਨ 'ਚ ਹੀ ਮੈਨੂੰ ਯੂ ਨੋ ਗਾਉਣ ਦਾ ਬਹੁਤ ਸ਼ੌਕ ਸੀਗਾ। ਸੋ ਮੇਰੇ ਮੋਮ ਨੇ ਮੁਝੇ ਸਿੰਗਿੰਗ ਕਲਾਸਿਸ ਪੇ ਲੇਕਰ ਜਾਣਾ ਐਂਡ ਕੰਪਟੀਸ਼ਨਸ ਮੇ ਐਂਡ ਇਵੈਂਚੁਅਲੀ ਯੂ ਨੋ ਆਈ ਫੈਲ ਇਨ ਲਵ ਵਿਦ ਮਿਊਜ਼ਿਕ ਯੂ ਕੈਨ ਸੇ। ਐਂਡ ਜਦੋਂ ਅਸੀਂ ਪੰਜਾਬ ਆਏ, ਲੁਧਿਆਣੇ ਆਏ, ਸੋ ਪਹਿਲਾਂ ਤਾਂ ਮੈਨੂੰ ਪੰਜਾਬੀ ਸਮਝ ਨਹੀਂ ਆਉਂਦੀ ਸੀਗੀ, ਨਾ ਮੈਨੂੰ ਬੋਲਣੀ ਆਉਂਦੀ ਸੀਗੀ, ਬਟ ਯੂ ਨੋ ਇਵੈਂਚੁਅਲੀ ਜਦੋਂ ਮੈਂ ਪੰਜਾਬੀ ਮਿਊਜ਼ਿਕ ਸੁਣਨਾ ਸ਼ੁਰੂ ਕੀਤਾ ਐਂਡ ਯੂ ਨੋ ਆਈ ਫੈਲ ਇਨ ਲਵ ਵਿਦ ਦ ਲੈਂਗੁਏਜ ਯੂ ਕੈਨ ਸੇ, ਕਿੰਨੀ ਮਿੱਠੀ ਲੈਂਗੁਏਜ ਹੈ ਪੰਜਾਬੀ। ਸੋ ਦੈਟ ਇਜ਼ ਯੂ ਨੋ ਹਾਊ ਆਈ ਸਟਾਰਟਡ ਲਰਨਿੰਗ ਪੰਜਾਬੀ ਐਂਡ ਮੈਂ ਆਪਣਾ ਡਾਇਲੈਕਟ ਹਜੇ ਵੀ ਕਰੈਕਟ ਕਰ ਰਹੀ ਹਾਂ, ਬਟ ਆਈ ਐਮ ਟਰਾਇੰਗ। ਜੀ, ਜਿਵੇਂ ਤੁਹਾਡੇ ਫਾਦਰ ਮਦਰ ਦੀ ਹਮੇਸ਼ਾ ਤੁਹਾਨੂੰ ਸਪੋਰਟ ਰਹੀ ਆ, ਇਹ ਕਈ ਵਾਰੀ ਇੱਦਾਂ ਹੁੰਦਾ ਕਿ ਸਾਡੇ ਜਿਹੜੇ ਪੇਰੈਂਟਸ ਦੇ ਕੁਝ ਜਿਹੜੇ ਡ੍ਰੀਮਸ ਹੁੰਦੇ ਨੇ ਜਦੋਂ ਉਹਨਾਂ ਉਹ ਨਹੀਂ ਪੂਰੇ ਕਰ ਪਾਉਂਦੇ ਫਿਰ ਉਹ ਆਪਣੇ ਬੱਚਿਆਂ ਦੇ ਵਿੱਚ ਦੇਖਣਾ ਸ਼ੁਰੂ ਕਰ ਦਿੰਦੇ ਨੇ, ਤੁਹਾਡੇ ਨਾਲ ਵੀ ਕੁਛ ਇੱਦਾਂ ਦਾ ਸੀ? ਨਹੀਂ, ਉਹਨਾਂ ਨੇ ਹਮੇਸ਼ਾ ਹੀ ਮੇਰੀ ਚੋਇਸ ਨੂੰ ਪ੍ਰੈਫਰੈਂਸ ਦਿੱਤੀ ਹੈ ਐਂਡ ਉਹਨਾਂ ਨੇ ਹਮੇਸ਼ਾ ਮੈਨੂੰ ਪੁੱਛਿਆ ਹੈ ਕਿ ਤੂੰ ਕੀ ਕਰਨਾ ਚਾਹੁੰਦੀ ਹੈ, ਬਟ ਉਹਨਾਂ ਦੀ ਇੱਕੋ ਹੀ ਸ਼ਰਤ ਸੀਗੀ ਕਿ ਮੈਂ ਆਪਣੀ ਪੜ੍ਹਾਈ ਕੰਪਲੀਟ ਕਰਾਂ।
ਸੋ ਮੈਂ ਆਪਣੀ ਬੈਚਲਰਸ ਮਾਸਟਰਸ ਅਤੇ ਮੈਂ ਬੀਐਡ ਵੀ ਉਹਨਾਂ ਦੇ ਯੂ ਨੋ ਉਹਨਾਂ ਦੇ ਕਹਿਣ 'ਤੇ ਕੀਤੀ ਹੈ, ਬਟ ਉਹਨਾਂ ਨੇ ਮੈਨੂੰ ਕਦੇ ਵੀ ਰੋਕਿਆ ਨਹੀਂ ਮੇਰੇ ਡ੍ਰੀਮਸ ਪੂਰੇ ਕਰਨ ਤੋਂ। ਸੋ ਹੀ ਮਾਈ ਫਾਦਰ ਯੂ ਨੋ ਹੀ ਸੇਜ਼ ਕਿ ਤੁਹਾਡੇ ਕੋਲ ਹਮੇਸ਼ਾ ਇੱਕ ਪਲਾਨ ਬੀ ਹੋਣਾ ਚਾਹੀਦਾ ਹੈ ਜੀ, ਰਾਈਟ। ਸੋ ਮਾਈ ਪਲਾਨ ਬੀ ਇਜ਼ ਮਾਈ ਐਜੂਕੇਸ਼ਨ, ਬਟ ਯੂ ਨੋ ਮੇਰਾ ਪੈਸ਼ਨ ਮੇਰੀ ਸਿੰਗਿੰਗ, ਮੇਰਾ ਮਿਊਜ਼ਿਕ ਹੈ ਜੀ। ਸੋ ਜਿੱਦਾਂ ਤੁਸੀਂ ਕਾਫੀ ਟਰੈਵਲ ਕੀਤਾ ਦਿੱਲੀ ਤੋਂ ਇੱਥੇ ਹੈ, ਫਿਰ ਤੁਸੀਂ ਆਪਣੀ ਐਜੂਕੇਸ਼ਨ ਦੇ ਲਈ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਕਈ ਸਕੂਲਾਂ ਕਾਲਜਿਸ ਦੇ ਵਿੱਚ ਪੜ੍ਹਨ ਦੇ ਲਈ ਤੁਸੀਂ ਟਰੈਵਲ ਕੀਤਾ, ਹੈ ਨਾ? ਸੋ ਇਹ ਮਿਊਜ਼ਿਕ ਵੀ ਤੁਹਾਡਾ ਨਾਲ ਦੀ ਨਾਲ ਟਰੈਵਲ ਕਰਦਾ ਰਿਹਾ? ਬਿਲਕੁਲ ਬਿਲਕੁਲ। ਮੈਂ ਆਪਣਾ ਛੋਟਾ ਜਿਹਾ ਸੈਟਅਪ ਨਾਲ ਹੀ ਲੈ ਕੇ ਮਤਲਬ ਹਰ ਜਿੱਥੇ ਵੀ ਮੈਂ ਜਾਂਦੀ ਹਾਂ ਮੈਂ ਆਪਣਾ ਸੈਟਅਪ ਲੈ ਕੇ ਜਾਂਦੀ ਹਾਂ, ਅਤੇ ਕਿਉਂਕਿ ਆਰਟਿਸਟ ਦੇ ਦਿਮਾਗ 'ਚ ਧੁਨ ਕਦੋਂ ਆਉਣੀ ਹੈ, ਯੂ ਨੋ ਯੂ ਨੈਵਰ ਨੋ। ਸੋ ਮੈਂ ਆਪਣਾ ਮਿਊਜ਼ਿਕ ਸਾਥ ਲੈ ਕਰ ਹੀ ਚਲਦੀ ਹਾਂ, ਮੇਰਾ ਗਿਟਾਰ, ਮੇਰੀ ਸੈਟਅਪ, ਆਈ ਟੇਕ ਦੈਟ ਵਿਦ ਮੀ। ਅੱਛਾ, ਸੋ ਤੁਸੀਂ ਇੰਸਟਰੂਮੈਂਟ ਵੀ ਪਲੇ ਕਰਦੇ ਹੋ ਨਾ, ਅਤੇ ਉਹਦੇ ਬਾਰੇ ਸਾਨੂੰ ਕੁਝ ਦੱਸੋਗੇ ਕਿਹੜੇ ਇੰਸਟਰੂਮੈਂਟ? ਮੈਂ ਹਾਰਮੋਨੀਅਮ ਤੋਂ ਸ਼ੁਰੂ ਕੀਤਾ ਐਂਡ ਇਵੈਂਚੁਅਲੀ ਮੈਂ ਗਿਟਾਰ ਯੂਟਿਊਬ ਤੋਂ ਦੇਖ ਦੇਖ ਕੇ, ਮੈਨੂੰ ਨੌਲੇਜ ਨਹੀਂ ਹੈਗੀ ਕੋਰਡਸ ਦੀ, ਬਟ ਮੈਂ ਆਪਣੇ ਜੋ ਗੱਪੇ ਕਰ ਲੈਂਦੀ ਹਾਂ। ਸੋ ਯਾ ਜੀ, ਕੀਬੋਰਡ, ਗਿਟਾਰ ਐਂਡ ਹਾਰਮੋਨੀਅਮ ਜੀ। ਅਤੇ ਜਦੋਂ ਇੱਕ ਸ਼ੌਂਕ ਹੁੰਦਾ ਉਦੋਂ ਆਪਾਂ ਸਿਰਫ ਘਰੇ ਗਾਉਂਦੇ ਹਾਂ ਅਤੇ ਉਦੋਂ ਸਾਰੇ ਆਪਾਂ ਨੂੰ ਐਪਰੀਸ਼ੀਏਟ ਵੀ ਬਹੁਤ ਕਰਦੇ, ਪਰ ਜਦੋਂ ਇੱਕ ਪ੍ਰੋਫੈਸ਼ਨ ਦੇ ਵਿੱਚ ਜਾਣਾ ਹੁੰਦਾ ਉੱਥੇ ਪਰਫੈਕਸ਼ਨ ਹੋਣੀ ਬਹੁਤ ਜ਼ਰੂਰੀ ਹੈ। ਬਿਲਕੁਲ। ਸੋ ਉਹਦੇ ਲਈ ਤੁਸੀਂ ਕਿਸੇ ਤੋਂ ਸਿੱਖਿਆ ਸੀਗਾ ਜਾਂ ਫਿਰ ਗੋਡ ਗਿਫਟਡ ਹੀ ਹੈ? ਨਹੀਂ ਨਹੀਂ, ਗੋਡ ਗਿਫਟਡ ਤੁਸੀਂ ਇੱਦਾਂ ਕਹਿ ਸਕਦੇ ਹੋ ਕਿ ਮੇਰੀ ਫੈਮਿਲੀ 'ਚ ਹੋਰ ਕੋਈ ਸਿੰਗਰ ਨਹੀਂ ਹੈਗਾ ਜਾਂ ਯੂ ਨੋ, ਬਟ ਮੇਰੇ ਗੁਰੂ ਜੀ ਦਿੱਲੀ ਤੋਂ ਹੀ ਸੀਗੇ, ਕਾਲਜ ਦੇ ਪ੍ਰੋਫੈਸਰ ਸੀਗੇ ਉਹ। ਅੱਛਾ। ਅਤੇ ਉਹਨਾਂ ਨੇ ਮੈਨੂੰ ਉਹਨਾਂ ਨੇ ਮੇਰੀ ਮੰਮਾ ਨੂੰ ਦੱਸਿਆ ਕਿ ਯੂ ਨੋ ਸ਼ੀ ਕੈਨ ਸਿੰਗ, ਕਿਉਂਕਿ ਪਹਿਲਾਂ ਮੈਂ ਸਿਰਫ ਇੰਸਟਰੂਮੈਂਟ ਸਿੱਖਣ ਜਾਂਦੀ ਸੀਗੀ। ਅੱਛਾ। ਸੋ ਸ਼ੀ ਯੂ ਕੈਨ ਸੇ ਸ਼ੀ ਫੋਰਸਡ ਮੀ ਟੂ ਸਿੰਗ ਬਿਕੋਜ਼ ਮੈਂ ਬਹੁਤ ਸ਼ਾਏ ਥੀ ਐਜ਼ ਅ ਚਾਇਲਡ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਯੂ ਨੋ ਕੁਛ ਗਾ ਕੇ ਵੀ ਸੁਣਾਓ, ਐਂਡ ਦੈਨ ਸ਼ੀ ਫੈਲ ਦ ਸਪਾਰਕ। ਸੋ ਸ਼ੀ ਟੋਲਡ ਮਾਈ ਮਦਰ ਐਂਡ ਬਸ ਇਵੈਂਚੁਅਲੀ ਯੂ ਨੋ ਵੀ ਸਟਾਰਟ ਸਿੰਗਿੰਗ, ਐਂਡ ਮੈਨੇ ਕਲਾਸਿਕਲ ਟ੍ਰੇਨਿੰਗ ਲਿਆ ਹੈ ਫੋਰ 4 ਈਅਰਸ ਯੂ ਕੈਨ ਸੇ, ਐਂਡ ਦੈਨ ਜਦੋਂ ਅਸੀਂ ਸ਼ਿਫਟ ਹੋ ਗਏ ਲੁਧਿਆਣੇ ਤੇ ਯੂ ਨੋ ਆਈ ਹੈਡ ਟੂ ਲੀਵ ਇਟ। ਅਤੇ ਉਸ ਤੋਂ ਬਾਅਦ ਫਿਰ ਤੋਂ ਤੁਹਾਡੀ ਆਪਣੀ ਪ੍ਰੈਕਟਿਸ? ਹਾਂਜੀ ਹਾਂਜੀ, ਡੈਫੀਨੇਟਲੀ ਆਈ ਮੇਕ ਸ਼ੋਰ ਕਿ ਮੈਂ ਹਰ ਰੋਜ਼ ਪ੍ਰੈਕਟਿਸ ਕਰਾਂ ਜੀ, ਟਾਈਮ ਕੱਢਾਂ ਮਿਊਜ਼ਿਕ। ਮੈਮ, ਜਦੋਂ ਮਿਊਜ਼ਿਕ ਤੁਸੀਂ ਇੰਨਾ ਸੋਹਣਾ ਗਾ ਲੈਂਦੇ ਸੀਗੇ ਤਾਂ ਤੁਸੀਂ ਇਹ ਨਹੀਂ ਸੀ ਕਦੇ ਸੋਚਿਆ ਕਿ ਕਿਉਂਕਿ ਹੁਣ ਤਾਂ ਸਾਡੇ ਕੋਲ ਮਿਊਜ਼ਿਕ ਦੇ ਵਿੱਚ ਵੀ ਸਟੱਡੀ ਹੈ, ਐਵੇਂ ਮਿਊਜ਼ਿਕ ਤੁਸੀਂ ਕਰ ਸਕਦੇ, ਉਹ ਨਹੀਂ ਤੁਸੀਂ ਕਦੇ ਸੋਚਿਆ? ਮੈਂ ਮਿਊਜ਼ਿਕ ਪ੍ਰੋਫੈਸ਼ਨਲੀ ਪਰਸੂ ਕਰਨ ਬਾਰੇ ਯੂ ਕੈਨ ਸੇ ਮੈਂ ਗ੍ਰੈਜੂਏਸ਼ਨ ਤੱਕ ਪਹੁੰਚ ਗਈ ਸੀਗੀ, ਯੂ ਨੋ ਉਸ ਟਾਈਮ 'ਤੇ ਮੈਨੂੰ ਰਿਅਲਾਈਜ਼ ਹੋਇਆ ਯੂ ਨੋ ਕਿ ਜੇ ਰੱਬ ਨੇ ਤੁਹਾਨੂੰ ਇੱਕ ਕਲਾ ਦਿੱਤੀ ਹੈ ਤਾਂ ਤੁਹਾਨੂੰ ਉਹਦੀ ਕਦਰ ਕਰਨੀ ਚਾਹੀਦੀ ਹੈ ਅਤੇ ਯੂ ਨੋ ਉਹਨੂੰ ਅੱਗੇ ਵਧਾਉਣਾ ਚਾਹੀਦਾ। ਸੋ ਦੈਟ ਇਜ਼ ਵੈਨ ਆਈ ਰਿਅਲਾਈਜ਼ਡ ਮਾਈ ਗ੍ਰੈਜੂਏਸ਼ਨ ਫਸਟ ਈਅਰ, ਸੋ ਦੈਟ ਇਜ਼ ਵੈਨ ਆਈ ਵਾਜ਼ ਡਿਟਰਮਿਨਡ ਕਿ ਹਾਂ ਨਹੀਂ ਮੈਨੇ ਸਿੰਗਿੰਗ ਹੀ ਕਰਨੀ ਹੈ ਜਾਂ ਫਿਰ ਮੈਂ ਉਹਨੂੰ ਅੱਗੇ ਪਰਸੂ ਕਰਨਾ ਚਾਹੁੰਦੀ ਹਾਂ। ਉਸ ਤੋਂ ਪਹਿਲਾਂ ਯੂ ਨੋ ਜਿਵੇਂ ਬੱਚੇ ਹੁੰਦੇ ਹੈ ਅਨਡਿਸਾਈਡਿਡ, ਆਈ ਵਾਜ਼ ਵਨ ਆਫ ਦੋਸ ਕਿਡਸ, ਆਈ ਡਿਡ ਨੋਟ ਪਲਾਨ ਐਟ ਆਲ ਜੀ। ਅਤੇ ਜੇ ਅਸੀਂ ਰਾਸ਼ੀ ਸੂਰ ਨੂੰ ਜਾਣਨ ਲੱਗੇ ਜਦੋਂ ਪ੍ਰਭ ਗਿੱਲ ਦਾ ਕਵਰ ਸੌਂਗ ਕਿਸੇ ਨੇ ਕੀਤਾ ਕਿ ਤੇਰੇ ਬਿਨਾਂ ਜੀਣ ਦੀ ਗੱਲ ਬੜੀ ਔਖੀ ਲੱਗਦੀ ਹੈ ਨਾ, ਮੈਂ ਚਾਹੂੰਗੀ ਪਹਿਲਾਂ ਤਾਂ ਇੱਕ ਵਾਰੀ ਸਾਨੂੰ ਤੁਸੀਂ ਉਹ ਗਾਣਾ ਸੁਣਾ ਦਿਓ, ਫਿਰ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਅੱਗੇ। ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ, ਮੈਨੂੰ ਚੈਨ ਨਾ ਆਵੇ ਰਾਤਾਂ ਨੂੰ, ਇਹਨਾਂ ਦੋਰੀਆਂ ਨੇ ਮਜਬੂਰੀਆਂ ਨੇ ਖੋਇਆ ਦਿਲਬਰ ਮੇਰਾ, ਕਿਤੋਂ ਆਵੀ ਜਾਵੇ ਫਿਰ ਪਾ ਵੀ ਜਾਵੇ ਨਹੀਂ ਉਹ ਲੱਗਣਾ ਦਿਲ ਮੇਰਾ, ਹਾਂ ਤੇਰੇ ਬਿਨਾਂ ਜੀਣ ਦੀ ਗੱਲ ਬੜੀ ਔਖੀ ਲੱਗਦੀ।
ਇਹ ਗਾਣਾ ਕਿੱਦਾਂ ਤੁਸੀਂ ਕਵਰ ਸੌਂਗ ਕਿੱਦਾਂ ਕਰਨ ਦਾ ਸੋਚਿਆ, ਕਿਉਂਕਿ ਪ੍ਰਭ ਗਿੱਲ ਨੇ ਵੀ ਇਹਨੂੰ ਜੀ ਬਹੁਤ ਲੈਵਲ 'ਤੇ ਜਾ ਕੇ ਪ੍ਰਮੋਟ ਜੀ ਕੀਤਾ ਜੀ ਸੀਗਾ? ਐਕਚੁਲੀ ਸਭ ਤੋਂ ਪਹਿਲਾਂ ਮੈਂ ਦ ਪ੍ਰੋਫੈਸੀ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀਗਾ, ਅਤੇ ਉਹ ਐਲਬਰਟਾ ਕੈਲਗਰੀ ਤੋਂ ਬਿਲੋਂਗ ਕਰਦੇ ਆ, ਕੈਨੇਡਾ। ਅੱਛਾ। ਸੋ ਇਹ ਵਾਲਾ ਗੀਤ ਉਹਨਾਂ ਨੇ ਪ੍ਰਭ ਗਿੱਲ ਨਾਲ ਕੀਤਾ ਸੀਗਾ, ਐਂਡ ਪ੍ਰਭ ਗਿੱਲ ਦੇ ਯੂ ਕੈਨ ਸੇ ਫਰੈਂਡ ਹਰਮਨ, ਜੋ ਉਹਨਾਂ ਨੂੰ ਜੀ ਮੈਨੇਜ ਕਰਦੇ ਆ, ਉਹਨਾਂ ਨੇ ਹੀ ਯੂ ਨੋ ਉਹਨਾਂ ਦੇ ਦਿਮਾਗ 'ਚ ਹੀ ਆਈਡੀਆ ਆਇਆ ਸੀ ਕਿ ਯੂਨੋ ਵੀ ਸ਼ੁੱਡ ਡੂ ਅ ਕਵਰ ਸੌਂਗ, ਐਂਡ ਦੈਨ ਪ੍ਰੋਫੈਸੀ ਨੇ ਮੈਨੂੰ ਪੁੱਛਿਆ ਕਿ ਵੁੱਡ ਯੂ ਲਾਈਕ ਟੂ ਡੂ ਇਟ, ਐਂਡ ਆਈ ਵਾਸ ਲਾਈਕ ਵਾਈ ਨੋਟ। ਸੋ ਵੀ ਮੇਡ ਦ ਟਰੈਕ, ਅਸੀਂ ਦੇਸੀ ਰੂਟਸ ਸਟੂਡੀਓ ਜਾ ਕੇ ਸੌਂਗ, ਮੇਰੀ ਪਹਿਲੀ ਰਿਕਾਰਡਿੰਗ, ਐਂਡ ਮੈਂ ਬਹੁਤ ਨਰਵਸ ਸੀਗੀ, ਐਂਡ ਨਰਵਸਨੈਸ 'ਚ ਮੇਰੇ ਕੋਲੋਂ ਗਾ ਵੀ ਨਹੀਂ, ਮੈਨੂੰ ਲੱਗਿਆ ਕਿ ਮੇਰੇ ਕੋਲੋਂ ਵਧੀਆ ਨਹੀਂ ਗਾ ਹੋਇਆ, ਅਤੇ ਮੈਂ ਹੋਰ ਵਧੀਆ ਕਰ ਸਕਦੀ ਸੀਗੀ, ਬਟ ਦੈਟ ਇਜ਼ ਹਾਓ ਉਹ ਸੌਂਗ ਅਸੀਂ ਕੀਤਾ, ਐਂਡ ਵੀ ਡਿਡ ਨੋਟ ਐਕਸਪੈਕਟ ਕਿ ਯੂ ਨੋ ਸੌਂਗ ਇੰਨਾ ਵੱਡਾ ਹੋ ਜੂਗਾ। ਸੋ ਮੇਰੀ ਪਹਿਚਾਣ ਜੀਣ ਦੀ ਗੱਲ ਤੋਂ ਹੀ ਬਣੀ, ਐਂਡ ਯੂ ਨੋ ਮੈਨੂੰ ਹਜੇ ਵੀ ਯੂ ਨੋ ਲੋਕ ਜਦੋਂ ਮਿਲਦੇ ਆ ਅਤੇ ਇਹੀ ਬੋਲਦੇ ਆ ਕਿ ਯੂ ਨੋ ਇਹ ਜੀਣ ਦੀ ਗੱਲ ਵਾਲੀ ਰਾਸ਼ੀ ਹੈ, ਬਹੁਤ ਬਹੁਤ ਵਧੀਆ ਲੱਗਦਾ ਜੀ। ਸੋ ਉਸ ਗਾਣੇ ਨੇ ਜਦੋਂ ਵੀ ਕਿਤੇ ਪ੍ਰਭ ਗਿੱਲ ਦਾ ਜ਼ਿਕਰ ਆਉਂਦਾ ਜਾਂ ਫਿਰ ਉਹ ਕਿਤੇ ਸਟੇਜ 'ਤੇ ਗਾਉਂਦੇ ਨੇ ਤਾਂ ਇਸ ਗਾਣੇ ਦੀ ਰਿਕੁਐਸਟ ਉਹਨਾਂ ਨੂੰ ਜ਼ਰੂਰ ਹੁੰਦੀ ਆ, ਹੈ ਨਾ? ਸੋ ਤੁਹਾਨੂੰ ਮੈਂ ਆਪਾਂ ਗਾਉਂਦੇ ਸੁਣਦੇ ਹਾਂ, ਸੁਣ ਲਿਆ ਮੇਰੀ ਸਰਦਾਰਾ, ਹੈ ਨਾ, ਉਹ ਵੀ ਇੱਕ ਪਿਓਰ ਟਿਪੀਕਲ ਪੰਜਾਬੀ ਗਾਣਾ ਸੀਗਾ, ਅਤੇ ਇਹ ਵੀ ਤੁਸੀਂ ਪੰਜਾਬੀ ਗਾਣੇ ਗਾਉਂਦੇ ਹੋ ਜੀ, ਜਿੱਦਾਂ ਬੋਲਣ ਦੇ ਵਿੱਚ ਤੁਸੀਂ ਪੰਜਾਬੀ ਇੰਨੇ ਕੰਫਰਟੇਬਲ ਨਹੀਂ ਹੈਗੇ, ਫਿਰ ਗਾਣਿਆਂ ਦੇ ਵਿੱਚ ਇੰਨੀ ਸਾਫ਼ ਸੁਥਰੀ ਪੰਜਾਬੀ, ਇਹ ਕਿੱਦਾਂ? ਪ੍ਰੈਕਟਿਸ ਯੂ ਕੈਨ ਸੇ, ਐਂਡ ਮੈਂ ਲਾਈਕ ਜਿੱਦਾਂ ਮੈਂ ਤੁਹਾਨੂੰ ਕਿਹਾ ਮੈਨੂੰ ਪਹਿਲਾਂ ਪੰਜਾਬੀ ਵੀ ਸਮਝ ਨਹੀਂ ਆਉਂਦੀ ਸੀਗੀ, ਸੋ ਪਹਿਲਾਂ ਵੀ ਮੈਂ ਪਹਿਲਾਂ ਮੈਂ ਲਰਨ ਕਰਦੀ ਸੀਗੀ ਸੌਂਗ, ਐਂਡ ਮੈਂ ਡਾਇਲੈਕਟ ਪ੍ਰੈਕਟਿਸ ਕਰਦੀ ਸੀ, ਐਂਡ ਯੂ ਨੋ ਫਿਰ ਮੈਂ ਮੀਨਿੰਗ ਸਮਝਦੀ ਹਾਂ ਗਾਣੇ ਦਾ, ਬਿਕੋਜ਼ ਤੁਹਾਡੀ ਰੂਹ ਤੋਂ ਜਦੋਂ ਤੱਕ ਗਾਣਾ ਨਹੀਂ ਆਊਗਾ ਯੂ ਨੋ ਉਹ ਫੀਲ ਨਹੀਂ ਆਉਂਦੀ, ਗਾਣੇ ਕੀ ਫੀਲ ਨਹੀਂ ਆਉਂਦੀ। ਸੋ ਬਹੁਤ ਪ੍ਰੈਕਟਿਸ ਐਂਡ ਬਹੁਤ ਮਿਹਨਤ ਕੇ ਬਾਅਦ ਆਈ ਗੈਟ ਦੈਟ ਡਾਇਲੈਕਟ, ਬਟ ਯੈਸ ਆਈ ਐਮ ਸਟਿਲ ਇੰਪਰੂਵਿੰਗ, ਮੈਂ ਇਹ ਨਹੀਂ ਕਹਿੰਦੀ ਮੈਂ ਪਰਫੈਕਟ ਹਾਂ ਹਾਲੇ ਵੀ, ਬਟ ਕੋਸ਼ਿਸ਼ ਕਰਨ ਵਾਲੀ ਕਿ ਹਾਰ ਨਹੀਂ ਹੋਤੀ। ਮੈਂ ਕੁਛ ਗਾਣੇ ਨੇ ਜਿਹੜੇ ਸੱਜਣ ਅਦੀਪ ਹੋਰਾਂ ਦੇ ਗਾਣੇ ਨੇ ਬੜੇ ਪਾਪੂਲਰ ਹੋਏ ਸੀਗੇ, ਅਤੇ ਮੈਂ ਤੁਹਾਡਾ ਵੀ ਸੁਣਿਆ, ਤੁਸੀਂ ਬੜਾ ਇੰਪਰੋਵਾਈਜ਼ ਵੀ ਕਰਦੇ ਹੋ ਗਾਣਿਆਂ ਨੂੰ, ਉਹਨਾਂ ਦੇ ਦੋ ਗਾਣੇ ਤੁਸੀਂ ਇਕੱਠੇ ਬਣਾ ਕੇ ਗਾਏ ਸੀਗੇ। ਹਾਂਜੀ, ਤੁਸੀਂ ਕਹਿ ਸਕਦੇ ਹੋ ਕਿ ਇੰਪਰੋਵਾਈਜੇਸ਼ਨ ਤੋਂ ਵੱਧ ਮੇਰੀ ਪ੍ਰੋਬਲਮ ਹੈ, ਮੈਂ ਐਗਜੈਕਟਲੀ ਸੇਮ ਨਹੀਂ ਗਾ ਸਕਦੀ, ਯੂ ਨੋ ਜਿੱਦਾਂ ਕਿ ਮੇਰੇ ਸਪੋਰਟਰਸ ਕਹਿੰਦੇ ਆ ਕਿ ਯੂ ਐਡ ਅ ਪਿੰਚ ਆਫ ਰਾਸ਼ੀਨੈਸ, ਤੁਹਾਡੀ ਆਪਣੀ ਜੀ ਵੈਲਿਊ ਤੁਸੀਂ ਐਡ ਕਰਕੇ ਗਾਣਾ ਬਣਾਉਂਦੇ ਹੋ। ਜੀ ਸੋ ਮੇਰੇ ਕੋਲੋਂ ਐਕਚੁਅਲ 'ਚ ਉੱਦਾਂ ਦਾ ਗਾ ਨਹੀਂ ਹੁੰਦਾ, ਤੁਸੀਂ ਕਹਿ ਸਕਦੇ ਹੋ, ਬਟ ਦੈਨ ਆਈ ਟਰਾਈ ਟੂ ਕੀਪ ਯੂ ਨੋ ਇਟ ਐਜ਼ ਸਿੰਪਲ ਐਜ਼ ਆਈ ਕੈਨ। ਹਾਂ, ਪਰ ਉਹਨੂੰ ਸੁਣ ਕੇ ਹੋਰ ਜ਼ਿਆਦਾ ਚੰਗਾ ਲੱਗਦਾ ਕਿ ਅੱਛਾ ਇਹ ਚੀਜ਼ ਇੱਦਾਂ ਵੀ ਬਣ ਸਕਦੀ ਸੀ, ਸੋ ਉਹ ਵੀ ਬੜਾ ਕਮਾਲ ਦਾ ਸੀਗਾ, ਹੈ ਨਾ? ਮੈਮ, ਸਿੰਗਿੰਗ ਦੇ ਵਿੱਚ ਜਦੋਂ ਆਪਾਂ ਕੁੜੀਆਂ ਦੀ ਗੱਲ ਕਰਦੇ ਹਾਂ ਤਾਂ ਥੋੜ੍ਹੇ ਥੋੜ੍ਹੇ ਟਾਈਮ ਲਈ ਆਉਂਦੀਆਂ ਨੇ, ਆਪਾਂ ਜਿਹਨਾਂ ਦੀ ਗੱਲ ਕਰੀਏ ਤਾਂ ਬਹੁਤ ਘੱਟ ਜਿਹੜੀ ਲੈਜੈਂਡਸ ਹੋਏ ਨੇ, ਜਿਹੜੇ ਜਿਹਨਾਂ ਨੂੰ ਅਸੀਂ ਹੁਣ ਤੱਕ ਥਰਡ ਜਨਰੇਸ਼ਨ ਤੱਕ ਵੀ ਸੁਣ ਰਹੇ ਹਾਂ, ਹੈ ਨਾ? ਪਰ ਨਹੀਂ, ਇਹ ਹੁੰਦਾ ਕਿ ਫੀਮੇਲ ਸਿੰਗਿੰਗ ਦਾ ਕਰੀਅਰ ਆ ਜਿਹੜਾ ਉਹ 5-7 ਸਾਲ ਦੇ ਲਈ ਹੁੰਦਾ ਆ, ਹੈ ਨਾ? ਸੋ ਇਹਦੇ ਬਾਰੇ ਤੁਸੀਂ ਕੀ ਕਹੋਗੇ? ਪਹਿਲਾਂ ਤਾਂ ਜਦੋਂ ਮੈਂ ਇੰਡਸਟਰੀ 'ਚ ਆਈ ਸੀ ਤਾਂ ਇਹ ਸਭ ਤੋਂ ਪਹਿਲੇ ਆਪਕੋ ਰਿਲਾਈਜ਼ ਹੋਤਾ ਹੈ ਕਿ ਇੰਡਸਟਰੀ ਬਹੁਤ ਮੇਲ ਡੋਮੀਨੇਟਡ ਹੈ, ਜੈਸਾ ਮੈਨੂੰ ਲੱਗਦਾ ਹੈ, ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਮੇਲ ਸਿੰਗਰਸ ਨੇ ਐਂਡ ਫੀਮੇਲ ਸਿੰਗਰਸ ਬਹੁਤ ਘੱਟ ਨੇ। ਜੀ ਬਿਲਕੁਲ। ਸੋ ਪ੍ਰੋਬਲੀ ਯੂ ਕੈਨ ਸੇ ਕਿ ਓਪਰਚੁਨਿਟੀਜ਼ ਵੀ ਘੱਟ ਨੇ, ਮੈਨੂੰ ਜਿੱਦਾਂ ਲੱਗਦਾ ਹੈ, ਮੇਰੀ ਆਪਣੀ ਪਰਸਨਲ ਫੀਲਿੰਗ ਹੈ। ਬਾਕੀ ਤੁਸੀਂ ਕਹਿ ਸਕਦੇ ਹੋ ਕਿ ਸਪੋਰਟ ਵੀ ਘੱਟ ਹੁੰਦਾ ਹੈ ਕੁੜੀਆਂ ਨੂੰ, ਬਿਕੋਜ਼ ਯੂਜੁਅਲੀ ਪੇਰੈਂਟਸ ਫਿਕਰ ਕਰਦੇ ਨੇ ਕਿ ਯੂ ਨੋ ਇਸ ਲਾਈਨ 'ਚ ਕੁਛ ਨਹੀਂ ਰੱਖਿਆ, ਐਂਡ ਸਾਡੀ ਸੋਸਾਇਟੀ ਦਾ ਵੀ ਇੱਕ ਵਿਊ ਹੈ ਕਿ ਸਿੰਗਿੰਗ ਔਰ ਮਿਊਜ਼ਿਕ ਕਰੀਅਰ ਨਹੀਂ ਹੈ, ਮਿਊਜ਼ਿਕ
ਆਪ ਐਜ਼ ਅ ਜੋਬ ਨਹੀਂ ਕਰ ਸਕਦੇ, ਜਾਂ ਤਾਂ ਤੁਸੀਂ ਯੂ ਨੋ ਯੂ 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 ਟੇਕ ਅਪ ਐਮ ਬੀ ਏ, ਐਂਡ ਤੁਸੀਂ ਮਲਟੀਨੈਸ਼ਨਲ ਕੰਪਨੀ 'ਚ ਜਾ ਕੇ ਕੰਮ ਕਰ ਸਕਦੇ ਹੋ, ਉਹ ਕੰਮ ਹੈ, ਬਟ ਸਿੰਗਿੰਗ ਕੰਮ ਨਹੀਂ, ਬਟ ਉਹ ਨੋਬਲ ਪ੍ਰੋਫੈਸ਼ਨਸ ਦੇ ਵਿੱਚ ਆ ਜਾਂਦੇ। ਸੋ ਹਾਲੇ ਵੀ ਯੂ ਨੋ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਲਾਈਕ ਯੂ ਨੋ ਤੁਸੀਂ ਕੀ ਕਰਦੇ ਹੋ, ਮੈਨੂੰ ਜਦੋਂ ਲੋਕ ਪੁੱਛਦੇ ਨੇ, ਆਈ ਟੈਲ ਦੈਮ ਦੈਟ ਮੈਂ ਯੂ ਨੋ ਆਈ ਐਮ ਅ ਸਿੰਗਰ, ਸੋ ਦੇ ਆਸਕ ਬੈਕ ਨਹੀਂ ਤੁਸੀਂ ਕਰਦੇ ਕਿਉਂ। ਸੋ ਯੂ ਨੋ ਦਿਸ ਇਜ਼ ਸੋਸਾਇਟਲ ਵਿਊ ਯੂ ਕੈਨ ਸੇ, ਜੋ ਧੀਰੇ ਧੀਰੇ ਯੂ ਨੋ ਇਟਸ ਗੋਇੰ ਟੂ ਚੇਂਜ, ਇਟਸ ਗੋਇੰ ਟੂ ਟੇਕ ਟਾਈਮ। ਅਤੇ ਹੁਣ ਤਾਂ ਤੁਸੀਂ ਇੰਡਸਟਰੀ ਦੇ ਵਿੱਚ ਆ ਗਏ ਹੋ, ਐਜ਼ ਆ ਪਲੇਬੈਕ ਸਿੰਗਰ ਵੀ ਤੁਸੀਂ ਬੰਬੂ ਕਾਟ ਦੇ ਵਿੱਚ ਗਾਣਾ ਕਰ ਚੁੱਕੇ ਹੋ ਨਾ, ਸੋ ਫਿਲਮ ਆਈ ਨੂੰ ਵੀ 2-2.5 ਸਾਲ ਹੋ ਗਏ ਨੇ, ਉਹ ਗਾਣਾ ਬਹੁਤ ਸੋਹਣਾ ਸੀਗਾ, ਆਪਾਂ ਸੁਣਾਂਗੇ ਵੀ ਤੁਹਾਡੇ ਤੋਂ ਜ਼ਰੂਰ, ਪਰ ਉਸ ਤੋਂ ਬਾਅਦ ਕੋਈ ਗਾਣਾ ਤੁਹਾਡੀ ਫਿਲਮ ਦੇ ਵਿੱਚ ਕਿਉਂ ਨਹੀਂ ਆਇਆ? ਐਕਚੁਲੀ ਜਿੱਦਾਂ ਫਿਲਮ ਦੀ ਓਪਰਚੁਨਿਟੀਜ਼ ਹੁੰਦੀਆਂ ਨੇ, ਉਹ ਜਦੋਂ ਆਉਂਦੀਆਂ ਵੀ ਨੇ, ਐਂਡ ਯੂ ਨੋ ਆਪ ਰਿਕਾਰਡ ਵੀ ਕਰਕੇ ਦੇਤੇ ਹੋ, ਸੋ ਦੇਅਰ ਇਜ਼ ਅ ਲੋਟ ਆਫ ਪ੍ਰੋਸੈਸ ਦੈਟ ਗੋਜ਼ ਥਰੂ। ਕਦੇ ਕਦੇ ਜਿੱਦਾਂ ਵੋਕਲ ਵੀ ਸੂਟ ਕਰਨੀ ਚਾਹੀਦੀ ਹੈ ਰਾਈਟ ਜਿਹੜੀ ਐਕਟ੍ਰੈਸ ਨੇ, ਸੋ ਵੀ ਹੈਵ ਡਨ ਅ ਲੋਟ, ਹਮਨੇ ਬਹੁਤ ਸਾਰੇ ਗਾਣੇ ਕੀਏ, ਬਟ ਦੈਨ ਉਹ ਮੂਵੀਜ਼ ਹਲੇ ਰਿਲੀਜ਼ ਨਹੀਂ ਹੋਈ ਹੈ, ਸੋ ਆਈ ਕੈਨ ਨੋਟ ਟੈਲ ਯੂ ਮੱਚ ਅਬਾਊਟ ਦੈਮ, ਬਟ ਯੈਸ ਵੀ ਆਰ ਵਰਕਿੰਗ ਔਨ ਯੂ ਨੋ ਨੋਟ ਈਵਨ ਬੋਲੀਵੁੱਡ, ਵੀ ਆਰ ਡੂਇੰਗ ਬੋਲੀਵੁੱਡ ਪ੍ਰੋਜੈਕਟਸ ਐਜ਼ ਵੈਲ। ਸੋ ਐਜ਼ ਆ ਸੈਡ ਮੇਰੀ ਹਿੰਦੀ ਫਸਟ ਲੈਂਗੁਏਜ, ਸੋ ਹਮ ਹਿੰਦੀ ਗਾਣੇ ਵੀ ਕਰ ਰਹੇ ਹੈ, ਐਂਡ ਆਈ ਰੀਲੀ ਹੋਪ ਕਿ ਉਧਰ ਸੇ ਵੀ ਉਤਨਾ ਹੀ ਸਪੋਰਟ ਮਿਲੇ ਜਿੰਨਾ ਯਹਾਂ ਮਿਲਤਾ ਹੈ। ਬਿਲਕੁਲ, ਅਤੇ ਮੈਂ ਤੁਹਾਡਾ ਦਿਲ ਦੀਆਂ ਗੱਲਾਂ ਕਵਰ ਸੌਂਗ ਸੁਣਿਆ, ਬਹੁਤ ਸੋਹਣਾ ਗਾਇਆ ਤੁਸੀਂ, ਥੈਂਕ ਯੂ। ਸੋ ਜਦੋਂ ਤੁਹਾਡਾ ਸੁਣ ਲੈ ਮੇਰੀ ਸਰਦਾਰਾ ਗੀਤ ਆਇਆ ਸੀ ਤਾਂ ਫੇਸਬੁੱਕ 'ਤੇ ਬਹੁਤ ਲੋਕਾਂ ਨੇ ਤੁਹਾਨੂੰ ਸਪੋਰਟ ਕੀਤਾ ਸੀ, ਰਾਸ਼ੀ ਯੂ ਨੇਲਡ ਇਟ, ਹੈ ਨਾ, ਹਾਂਜੀ, ਅਤੇ ਉਹ ਇੰਨੇ ਖੂਬਸੂਰਤੀ ਦੇ ਨਾਲ ਤੁਸੀਂ ਗਾਇਆ ਸੀਗਾ, ਮੈਂ ਚਾਹੂੰਗੀ ਕਿ ਉਹ ਗਾਣਾ ਵੀ ਤੁਸੀਂ ਸਾਨੂੰ ਸੁਣਾ ਦਿਓ। ਸੁਣ ਲੈ ਮੇਰੀ ਸਰਦਾਰਾ, ਤੇਰੇ ਬਿਨ ਨੀ ਸਾਡਾ ਗੁਜ਼ਾਰਾ, ਹਾ ਰੱਖੀ ਸੋਹਣਿਆ ਵੇ ਤਾਰ, ਤੂੰ ਪੇ ਦੀ ਬਣਾ ਕੇ, ਹੋ ਦਿਲ ਕੋਲੋਂ ਕਰੀ ਜੇਦਾ, ਦੂਰ ਸੋਹਣਿਆ ਵੇ ਝੂਠੇ ਪਰਮਾਚਿਆ ਕੇ, ਰੱਖੀ ਸੋਹਣਿਆ ਵੇ ਤਾਰ, ਤੂੰ ਬੇਦੀ ਬਣਾ ਕੇ। ਬਹੁਤ ਥੈਂਕ ਯੂ, ਬਹੁਤ ਸੋਹਣਾ। ਤੁਹਾਡਾ ਆਪਣੇ ਜੋਨਰ ਕੀ ਆ ਮੈਮ? ਹਾਂਜੀ, ਮੇਰਾ ਆਪਣਾ ਜੋਨਰ, ਮੈਂ ਜ਼ਿਆਦਾ ਸੈਡ ਰੋਮੈਂਟਿਕ ਯੂ ਨੋ ਗਾਣੇ ਕਰਨਾ ਪਸੰਦ ਕਰਦੀ ਹਾਂ, ਬਟ ਮੇਰਾ ਇੱਕ ਯੂ ਨੋ ਹੋਰ ਸਾਈਡ ਵੀ ਹੈ ਜਿਹੜਾ ਤੁਸੀਂ ਲਾਈਫ ਲਾਈਨ ਦੇਖਿਆ। ਹਾਂਜੀ, ਬਟ ਯੂ ਨੋ ਚੇਂਜ ਐਕਸੈਪਟ ਕਰਨ 'ਚ ਟਾਈਮ ਲੱਗਦਾ, ਬਿਕੋਜ਼ ਮੈਂ ਸ਼ੁਰੂ ਤੋਂ ਹੀ ਸੈਡ ਐਂਡ ਰੋਮੈਂਟਿਕ ਸੌਂਗ ਕਰਦੀ ਆਈ ਹਾਂ, ਐਂਡ ਆਈ ਥਿੰਕ ਲੋਕ ਸੈਡ ਰੋਮੈਂਟਿਕ ਜ਼ਿਆਦਾ ਐਕਸਪੈਕਟ ਵੀ ਕਰਦੇ ਹੈ, ਅਤੇ ਯੂ ਨੋ ਉਹਨੂੰ ਪਸੰਦ ਵੀ ਕਰਦੇ ਹੈ, ਬਟ ਮੇਰੀ ਇੱਕ ਹੋਰ ਸਾਈਡ ਵੀ ਹੈ ਜੋ ਅਫਕੋਰਸ ਤੁਸੀਂ ਲਾਈਫ ਲਾਈਨ 'ਚ ਦੇਖੀ, ਐਂਡ ਮੈਂ ਉੱਦਾਂ ਦੇ ਹੋਰ ਗਾਣੇ ਵੀ ਕਰਾਂਗੀ ਡੈਫੀਨੇਟਲੀ, ਧੀਰੇ ਧੀਰੇ ਹੀ ਸਹੀ, ਬਟ ਆਈ ਐਮ ਸ਼ੋਰ ਯੂ ਨੋ ਦੇ ਵਿਲ ਲਾਈਕ ਇਟ। ਜੀ, ਲਾਈਫ ਲਾਈਨ ਅਗਰ ਤੁਸੀਂ ਹਲੇ ਤੱਕ ਨਹੀਂ ਸੁਣਿਆ ਤਾਂ ਤੁਸੀਂ ਸੁਣ ਸਕਦੇ ਹੋ, ਤੁਸੀਂ ਜ਼ਰੂਰ ਸੁਣ ਸਕਦੇ ਹੋ। ਨਵੇਂ ਫਿਰੋਜ਼ਪੁਰ ਵਾਲੇ ਨੇ ਇਸ ਗੀਤ ਨੂੰ ਲਿਖਿਆ ਸੀਗਾ, ਅਤੇ ਇੱਕ ਖੂਬਸੂਰਤ ਗੱਲ ਤੁਹਾਡੀ ਜਰਨੀ ਦੇ ਨਾਲ ਇਹ ਵੀ ਜੁੜੀ ਹੋਈ ਹੈ, ਦੀਪੂ ਕਾਕੋਵਾਲ ਜਿਨ੍ਹਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਸਾਰੇ ਸੁਪਨੇ ਪੂਰੇ ਹੋਏ ਨੇਗੇ, ਅਤੇ ਇਹ ਬਹੁਤ ਇੱਕ ਦੁੱਖ ਵਾਲੀ ਵੀ ਗੱਲ ਹੈ ਕਿ ਇਨਸਾਨ ਚਲਾ ਗਿਆ ਅਤੇ ਉਹਦੇ ਸੁਪਨੇ ਉਹਦੇ ਜਾਣ ਤੋਂ ਬਾਅਦ ਪੂਰੇ ਹੋ ਰਹੇ ਨੇ, ਹੈ ਨਾ। ਸੋ ਉਹਨਾਂ ਦਾ ਇੱਕ ਗੀਤ ਸੀਗਾ, ਉਹਨਾਂ ਦੇ ਕਿਸੇ ਫੈਨ ਨੇ ਤੁਹਾਨੂੰ ਇਨਬੋਕਸ ਕੀਤਾ ਸੀਗਾ ਕਿ ਉਹ ਚਾਹੁੰਦੇ ਸੀਗੇ ਕਿ ਇਹ ਗਾਣਾ ਰਾਸ਼ੀ ਗਾਵੇ, ਉਹ ਸਾਡੇ ਨਾਲ ਸ਼ੇਅਰ ਕਰੋਗੇ?
ਮਤਲਬ 2016 ਦੀ ਗੱਲ ਹੈ ਕਿ ਮੈਨੂੰ ਇਨਬੋਕਸ 'ਚ ਮੈਸੇਜ ਆਇਆ ਫੇਸਬੁੱਕ 'ਤੇ, ਉਹਨਾਂ ਦੇ ਬ੍ਰਦਰ ਕਹਿ ਸਕਦੇ ਹੋ ਜਾਂ ਉਹਨਾਂ ਦੀ ਜਰਨੀ ਦੇ ਨਾਲ ਹੀ ਉਹ ਜੁੜੇ ਹੋਏ ਸੀਗੇ. ਸੋ ਉਹਨਾਂ ਨੇ ਮੈਨੂੰ ਇੱਕ ਵੀਡੀਓ ਕਲਿੱਪ ਭੇਜੀ ਸੀਗੀ ਜਿਹਦੇ 'ਚ ਉਹ ਥੁਨੀ ਜਾਣ ਦਾ ਸਿੰਗ ਕਰਦੇ ਪਏ ਸੀ. ਜੀ. ਐਂਡ ਉਹਨਾਂ ਨੇ ਯੂ ਨੋ ਇਹ ਜ਼ਾਹਿਰ ਕੀਤਾ ਕਿ ਯੂ ਨੋ ਉਹਨਾਂ ਦੇ ਡ੍ਰੀਮ ਕਿ ਮੈਂ ਉਹ ਸੌਂਗ ਕਰਾਂ. ਸੋ ਉਸ ਟਾਈਮ ਤੋਂ ਹੀ ਮੈਂ ਉਹ ਸੌਂਗ ਪ੍ਰਿਪੇਅਰ ਕਰਨਾ ਸ਼ੁਰੂ ਕਰਤਾ ਸੀਗਾ. ਐਂਡ ਔਲਦੋ ਉਹ ਗਾਣਾ 2-2.5 ਸਾਲ ਬਾਅਦ ਰਿਲੀਜ਼ ਹੋਇਆ, ਬਟ ਮੈਂ ਦਿਲੋਂ ਮੇਰੀ ਤਮੰਨਾ ਸੀਗੀ ਤੁਸੀਂ ਕਹਿ ਸਕਦੇ ਹੋ ਕਿ ਮੈਂ ਉਹ ਸੌਂਗ ਜ਼ਰੂਰ ਰਿਲੀਜ਼ ਕਰਾਂ, ਕਿਉਂਕਿ ਇੱਕ ਆਰਟਿਸਟ ਲਈ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਯੂ ਨੋ ਉਹਨੇ ਜੋ ਲਿਖਿਆ ਹੈ, ਜੋ ਉਹਦੇ ਅਰਮਾਨ ਨੇ, ਜੋ ਉਹਦਾ ਟੈਲੈਂਟ ਹੈ, ਉਹ ਸਭ ਦੇ ਸਾਹਮਣੇ ਜ਼ਰੂਰ ਆਉਣਾ ਚਾਹੀਦਾ. ਐਂਡ ਬਹੁਤ ਦੁੱਖ ਦੀ ਗੱਲ ਹੈ ਕਿ ਯੂ ਨੋ ਦੀਪੂ ਜੀ ਦਾ ਸੁਪਨਾ ਉਹਨਾਂ ਦੇ ਜਾਣ ਤੋਂ ਬਾਅਦ ਪੂਰਾ ਹੋਇਆ. ਜੇ ਉਹ ਸਾਡੇ ਨਾਲ ਹੁੰਦੇ ਤਾਂ ਅਸੀਂ ਡੈਫੀਨੇਟਲੀ ਉਹਨਾਂ ਨਾਲ ਹੋਰ ਕੰਮ ਕਰ ਸਕਦੇ ਸੀਗੇ. ਬਿਲਕੁਲ. ਅਤੇ ਉਹ ਗਾਣਾ ਵੀ ਉਸ ਗਾਣੇ ਤੋਂ ਬਿਨਾਂ ਇੰਟਰਵਿਊ ਤੋਂ ਵੀ ਹੋਊਗੀ ਮੇਰੇ ਖਿਆਲ ਨਾਲ. ਜੀਣਾ ਕੀ ਹੈ ਜੀਣ ਦੀ ਉਮੀਦ ਤੋਂ ਬਗੈਰ ਵੀ, ਦੇਖੀਏ ਕੀਆ ਰਾਤ ਤੇਰੀ ਦੀਦ ਤੋਂ ਬਗੈਰ ਵੀ, ਦਿਲ ਖਾਵੇ ਨਾ ਵਸਾ ਸਾਡਾ ਕੱਲਾ ਕੱਲਾ ਸਾ, ਤੇਰੇ ਹੱਸਿਆ ਦੀ ਮਹਿਕ ਨੂੰ ਪਛਾਣਦਾ, ਤੂੰ ਕੀ ਹੈ ਸਾਡੇ ਲਈ ਤੂੰ ਨਹੀਂ ਜਾਣਦਾ, ਤੂੰ ਕੀ ਹੈ ਸਾਡੇ ਲਈ ਤੂੰ ਨਹੀਂ ਜਾਣਦਾ. ਵੰਡਰਫੁਲ, ਥੈਂਕ ਯੂ. ਇੱਕ ਇਹਨਾਂ ਦਾ ਹੋਰ ਗਾਣਾ ਵੀ ਤੁਸੀਂ ਸੁਣ ਸਕਦੇ ਹੋ ਕਿ ਮੈਂ ਤੈਨੂੰ ਲੋਕਾਂ ਵਿੱਚ ਕਦੇ ਗਿਣਿਆ ਹੀ ਨਹੀਂ. ਉਹ ਵੀ ਬੜਾ ਪਿਆਰਾ ਗੀਤ ਸੀ. ਸਾਡੇ ਪਿੱਛੇ ਇੱਕ ਇਹਨਾਂ ਦਾ ਪੋਰਟਰੇਟ ਤੁਸੀਂ ਲੱਗਿਆ ਹੋਇਆ ਦੇਖ ਰਹੇ ਹੋ. ਮੈਮ ਇਹ ਤੁਹਾਡੇ ਕਿਸੇ ਫੈਨ ਨੇ ਤੁਹਾਨੂੰ ਗਿਫਟ ਕੀਤਾ ਸੀ, 2-3 ਮਹੀਨੇ ਲਾ ਕੇ ਬਣਾਇਆ. ਬਿਲਕੁਲ. ਸੋ ਲੋਕੀ ਜਦੋਂ ਇੰਨਾ ਪਿਆਰ ਕਰਦੇ ਨੇ ਕਿ ਉਹਨਾਂ ਦੇ ਲਈ ਤੁਸੀਂ ਕੁਛ ਕਹਿਣਾ ਚਾਹੋਗੇ ਜਾਂ ਕੁਛ ਹੋਰ ਇੱਦਾਂ ਦਾ ਮੂਮੈਂਟ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ? ਸਭ ਤੋਂ ਪਹਿਲਾਂ ਤਾਂ ਮੇਰੇ ਲਈ ਬਹੁਤ, ਤੁਸੀਂ ਕਹਿ ਸਕਦੇ ਹੋ, ਬਹੁਤ ਖੁਸ਼ੀ ਦੀ ਗੱਲ ਹੈ. ਅਤੇ ਯੂ ਨੋ ਮੇਰੇ ਸਪੋਰਟਰਸ ਹੀ ਮੇਰੀ ਸਟਰੈਂਥ ਹੈ, ਆਪ ਕਹਿ ਸਕਦੇ ਹੈ. ਐਂਡ ਕਦੇ ਕਦੇ ਮੈਨੂੰ ਬਹੁਤ ਯੂ ਨੋ ਜਦੋਂ ਨਿਰਾਸ਼ਾ ਹੁੰਦੀ ਹੈ ਕਿ ਸਾਡੇ ਗਾਣੇ ਨਹੀਂ ਨਿਕਲਦੇ ਜਾਂ ਮੈਂ ਕੁਛ ਕਰ ਨਹੀਂ ਪਾ ਰਹੀ, ਸੋ ਐਟ ਦੈਟ ਟਾਈਮ ਜਦੋਂ ਤੁਸੀਂ ਦੇਖਦੇ ਹੋ ਕਿ ਇੰਨਾ ਸਪੋਰਟ ਤੁਹਾਨੂੰ ਮਿਲ ਰਿਹਾ ਹੈ, ਜਿਵੇਂ ਤੁਸੀਂ ਦੇਖ ਸਕਦੇ ਹੋ ਪੋਰਟਰੇਟ, ਉਹਨਾਂ ਨੇ 3 ਮਹੀਨੇ ਲਾ ਕੇ ਸਪੈਸ਼ਲੀ ਮੇਰੇ ਬਰਥਡੇ 'ਤੇ, ਪਤਾ ਨਹੀਂ ਉਹਨਾਂ ਨੂੰ ਨੰਬਰ ਕਿਸ ਤਰ੍ਹਾਂ ਮਿਲਿਆ, ਮੇਰੇ ਫਾਦਰ ਸਾਹਿਬ ਦਾ ਨੰਬਰ ਲੱਭ ਕੇ ਉਹਨਾਂ ਨੇ ਸਪੈਸ਼ਲੀ ਯੂ ਨੋ ਆਪ ਦੇਣਾ ਹੈ. ਸੋ ਮੈਨੂੰ ਬਹੁਤ ਵਧੀਆ ਲੱਗਿਆ. ਐਂਡ ਜਦੋਂ ਵੀ ਕੋਈ ਵੀ ਯੂ ਨੋ ਸਪੋਰਟ ਕਰਦਾ ਹੈ ਤੁਹਾਡੇ ਯੂ ਨੋ ਤੁਹਾਡੇ ਸੌਂਗਸ ਨੂੰ, ਤੁਹਾਡੀ ਕਲਾ ਨੂੰ, ਤਾਂ ਓਬਵੀਅਸਲੀ ਬਹੁਤ ਵਧੀਆ ਲੱਗਦਾ ਹੈ. ਐਂਡ ਇਹੀ ਸਪਿਰਿਟ ਹੈ ਜਿਹੜਾ ਮੈਨੂੰ ਯੂ ਨੋ ਸਟਰੈਂਥ ਦਿੰਦਾ ਹੈ ਕਿ ਮੈਂ ਹੋਰ ਅੱਗੇ ਹੋਰ ਵਧੀਆ ਕੰਮ ਕਰਾਂ. ਸੋ ਪਲੇਬੈਕ ਸਿੰਗਰ ਵੀ ਤੁਸੀਂ ਬਣ ਚੁੱਕੇ ਹੋ, ਸ਼ੁਰੂਆਤ ਹੋ ਚੁੱਕੀ ਆ, ਆਪਣੇ ਗਾਣੇ ਵੀ ਤੁਸੀਂ ਗਾ ਰਹੇ ਹੋ, ਮਿਰਚੀ ਮਿਊਜ਼ਿਕ ਅਵਾਰਡ ਵੀ ਤੁਹਾਡੇ ਹਿੱਸੇ ਆ ਗਿਆ ਤੁਹਾਡੀ ਇਸ ਜਰਨੀ ਦੇ ਵਿੱਚ, ਹੈ ਨਾ? ਹੁਣ ਨੈਕਸਟ ਕੀ ਪਲੈਨਸ ਨੇਗੇ ਤੁਹਾਡੇ? ਨੈਕਸਟ ਅਸੀਂ ਹੋਰ ਜਿੱਦਾਂ ਕਿ ਅਸੀਂ ਕਹਿੰਦੇ ਹਾਂ ਕਿ ਆਪਾਂ ਕੁਛ ਡਿਫਰੈਂਟ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੇ ਹਾਂ. ਸੋ ਨਵੇਂ ਜੋਨਰਸ ਅਸੀਂ ਐਕਸਪਲੋਰ ਕਰ ਰਹੇ ਹਾਂ. ਅਸੀਂ ਹਿੰਦੀ ਸੌਂਗਸ ਦੇ ਯੂ ਨੋ ਵੀ ਆਰ ਡੂਇੰਗ ਦੈਟ. ਐਂਡ ਸਾਡਾ ਨਵਾਂ ਗਾਣਾ ਵੀ ਆ ਰਿਹਾ ਪ੍ਰੋਬੇਬਲੀ May 2nd week, ਸਾਰਾ ਜ਼ਮਾਨਾ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਡੈਡੀਕੇਟ ਕਰ ਰਹੇ ਹੋ. ਬਿਲਕੁਲ ਬਿਲਕੁਲ. ਅਤੇ ਮੈਂ ਇਹ ਸੌਂਗ ਉਹਨਾਂ ਸਾਰੀਆਂ ਕੁੜੀਆਂ ਨੂੰ ਵੀ ਡੈਡੀਕੇਟ ਕਰ ਰਹੀ ਹਾਂ, ਕਿਉਂਕਿ ਵੀ ਸੀ ਦੈਟ ਕਈ ਨਾ ਕਈ ਵਿਮੈਨ ਦੇ ਕੰਪਰੋਮਾਈਜ਼ ਅ ਲੋਟ ਆਪਣੇ ਡ੍ਰੀਮਸ ਨੂੰ ਛੱਡ ਕੇ ਕਿਸੇ ਦੇ ਲਈ ਵੀ, ਯੂ ਨੋ ਆਪਣੇ ਪਾਰਟਨਰ ਲਈ, ਆਪਣੀ ਫੈਮਿਲੀ ਲਈ, ਆਪਣੇ ਡ੍ਰੀਮਸ ਛੱਡ ਕੇ ਉਹ ਉਹਨਾਂ ਦੇ ਡ੍ਰੀਮਸ ਵੱਲ ਤੁਰ ਜਾਂਦੀ ਹੈ. ਐਂਡ
ਸੋ ਉਹਨਾਂ ਦੇ ਡ੍ਰੀਮਸ ਰਹਿ ਜਾਂਦੇ ਆ। ਸੋ ਇਹ ਦਿਸ ਇਜ਼ ਅ ਸਟੋਰੀ ਯੂ ਕੈਨ ਸੇ ਜੋ ਮੈਂ ਪੋਰਟਰੇ ਕਰਨਾ ਚਾਹ ਰਹੀ ਹਾਂ। ਜੀ ਬਿਲਕੁਲ, ਅਤੇ ਵਾਰ ਵਾਰ ਹਿੰਦੀ ਗਾਣਿਆਂ ਦਾ ਜ਼ਿਕਰ ਕਰ ਰਹੇ ਨੇ, ਅਤੇ ਮੈਂ ਤਾਂ ਨਹੀਂ ਕਹੂੰਗੀ ਵੀ ਸਾਨੂੰ ਇਹ ਹਿੰਦੀ ਸੁਣਾ ਦਿਓ, ਅਤੇ ਮੈਂ ਚਾਹੂੰਗੀ ਕਿ ਇੱਕ ਗਾਣਾ ਸੁਣਾ ਕੇ ਅਤੇ ਸਾਡੇ ਜਿਹੜੇ ਵਿਊਅਰਸ ਦੇਖ ਰਹੇ ਨੇਗੇ ਉਹਨਾਂ ਨੂੰ ਤੁਸੀਂ ਕੁਛ ਕਹਿ ਕੇ ਵੀ ਜਾਓ ਜ਼ਰੂਰ ਆਪਣੇ ਵੱਲੋਂ, ਅਤੇ ਫਿਰ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹਵਾਂਗੇ। ਜੀ ਮੇਰਾ ਬਹੁਤ ਫੇਵਰੇਟ ਗਾਣਾ ਹੈ ਇਹ ਲਤਾ ਜੀ ਕਾ ਲੱਗ ਜਾ ਗਲੇ। ਜੀ ਸੋ ਮੈਂ ਥੋੜ੍ਹਾ ਸਾ ਆਪਕੋ ਸੁਣਾਤੀ ਹੂੰ। ਬਿਲਕੁਲ। ਲਗ ਜਾ ਗਲੇ ਕੇ ਫਿਰ ਹਸੀ ਰਾਤ ਹੋ ਨਾ ਹੋ, ਸ਼ਾਇਦ ਫਿਰ ਇਸ ਜਨਮ ਮੇ ਮੁਲਾਕਾਤ ਹੋ ਨਾ ਹੋ। ਲਗ ਜਾ ਗਲੇ ਕੇ ਫਿਰ ਹਸੀ ਰਾਤ ਹੋ ਨਾ ਹੋ, ਸ਼ਾਇਦ ਫਿਰ ਇਸ ਜਨਮ ਮੇ ਮੁਲਾਕਾਤ ਹੋ ਨਾ ਹੋ। ਲਗ ਜਾ ਗਲੇ ਸੇ। ਸੋ ਥੈਂਕ ਯੂ ਸੋ ਮਚ, ਐਂਡ ਮੈਂ ਬਸ ਇਹੀ ਕਹਿਣਾ ਚਾਹਤੀ ਹੂੰ ਕਿ ਪਲੀਜ਼ ਤੁਸੀਂ ਜ਼ਰੂਰ ਸੁਣਿਓ ਐਂਡ ਸਪੋਰਟ ਕਰਿਓ ਆਉਣ ਵਾਲੇ ਸਾਰੇ ਗੀਤ, ਐਂਡ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਟਾਈਮ ਕੱਢ ਕੇ ਮੇਰੇ ਨਾਲ ਗੱਲਬਾਤ ਕਰਨਾ ਹੈ। ਸੋ ਥੈਂਕ ਯੂ ਸੋ ਮਚ, ਥੈਂਕ ਯੂ। ਇਟਸ ਆਰ ਪਲੇਜ਼ਰ, ਥੈਂਕ ਯੂ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਅਤੇ ਮੈਨੂੰ ਦੁਬਾਰਾ ਲੁਧਿਆਣੇ ਆਉਣ ਦਾ ਮੌਕਾ ਮਿਲਿਆ। ਅਤੇ ਆਮ ਸ਼ੋਰ ਕਿ ਲਾਈਫ ਲਾਈਨ ਇਹਨਾਂ ਦਾ ਅਗਰ ਤੁਸੀਂ ਨਹੀਂ ਸੁਣਿਆ, ਲਾਈਫ ਲਾਈਨ ਹੀ ਕਿਉਂ, ਜਿੰਨੇ ਵੀ ਇਹਨਾਂ ਦੇ ਹੋਰ ਬਾਕੀ ਗਾਣੇ ਆਏ ਹੋਏ ਨੇ ਤੁਸੀਂ ਇੱਕ ਵਾਰ ਫਿਰ ਤੋਂ ਉਹਨਾਂ ਗਾਣਿਆਂ ਨੂੰ ਸੁਣ ਸਕਦੇ ਹੋ, ਅਤੇ ਸਾਰਾ ਜ਼ਮਾਨਾ ਇਹਨਾਂ ਦਾ ਗੀਤ ਅੱਗੇ ਆ ਰਿਹਾ, ਅੱਗੇ ਹੋਰ ਬਾਲੀਵੁੱਡ ਦੇ ਵਿੱਚ ਨਵੇਂ ਹਿੰਦੀ ਗੀਤਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਜਿਹੜੇ ਕਿ ਆਉਣ ਵਾਲੇ ਨੇਗੇ। ਸੋ ਉਮੀਦ ਹੈ ਕਿ ਤੁਸੀਂ ਅੱਜ ਦੀ ਇੰਟਰਵਿਊ ਨੂੰ ਵੀ ਸੁਣਿਆ ਹੋਏਗਾ, ਪਸੰਦ ਕਰਿਆ ਹੋਏਗਾ, ਅਤੇ ਆਉਣ ਵਾਲੇ ਇਹਨਾਂ ਦੇ ਗੀਤਾਂ ਨੂੰ ਵੀ ਤੁਸੀਂ ਜ਼ਰੂਰ ਪਸੰਦ ਕਰੋਗੇ। ਅਸੀਂ ਆਪਣੀ ਕੰਪਨੀ ਵੀ ਲਾਂਚ ਕਰਨ ਬਾਰੇ ਸੋਚ ਰਹੇ ਹਾਂ, ਨਵੀਂ ਨਵੀਂ ਵੀਰਾ ਨਵੀਂ ਫਿਰੋਜ਼ਪੁਰ ਵਾਲਾ ਜਿਨ੍ਹਾਂ ਦੇ ਨਾਲ ਮੈਂ ਕੰਮ ਕਰ ਰਹੀ ਹਾਂ, ਸੋ ਆਪਣੀ ਬਖਰਾ ਸਵੈਗ ਪ੍ਰੋਡਕਸ਼ਨਸ, ਸੋ ਅਸੀਂ ਉਸ ਤੋਂ ਵੀ ਆਪਾਂ ਇੱਕ ਨਵਾਂ ਗਾਣਾ ਪਲਾਨ ਕੀਤਾ ਐਂਡ ਬਹੁਤ ਸੋਹਣਾ ਗਾਣਾ ਐਂਡ ਆਮ ਡੈਫੀਨੇਟਲੀ ਸ਼ੋਰ ਤੁਸੀਂ ਸਾਰੇ ਸਪੋਰਟ ਕਰੋਗੇ ਐਂਡ ਤੁਹਾਨੂੰ ਵਧੀਆ ਵੀ ਲੱਗੇਗਾ। ਜੀ ਸੋ ਨਵੀਂ ਕੰਪਨੀ ਦੇ ਲਈ ਵੀ ਵਧਾਈਆਂ, ਨਵੀਂ ਫਿਰੋਜ਼ਪੁਰ ਵਾਲਾ ਉਂਝ ਬੋਲਦਾ ਵਾਲਾ। ਸੋ ਥੈਂਕ ਯੂ ਸੋ ਮਚ ਮੈਮ, ਇਜਾਜ਼ਤ ਚਾਹਵਾਂਗੀ ਤੁਹਾਡੇ ਕੋਲ, ਸਤਿ ਸ਼੍ਰੀ ਅਕਾਲ।